ਗੁੱਡ ਮੋਰਨਿੰਗ ਜੀ, ਕੀ ਹਾਲ ਚਾਲ ਹੈ? ਸਵੇਰ ਦੇ ਵੱਜੇ ਨੇ 8, ਅੱਜ ਥੋੜ੍ਹੇ ਲੇਟ ਹੋ ਗਏ ਉੱਠਣ ਲੱਗੇ, ਕਿਉਂਕਿ ਰਘਬੀਰ ਨਾ ਰਾਤ ਨੂੰ ਸੁੱਤੀ ਨਹੀਂ, ਪਹਿਲਾਂ ਸੌਂ ਗਈ ਸੀਗੀ ਅਤੇ ਫਿਰ ਸਵੇਰੇ ਜਲਦੀ ਉੱਠ ਗਈ, ਫਿਰ ਉਹ ਤੰਗ ਕਰੀ ਜਾਂਦੀ ਰਹਿੰਦੀ, ਫਿਰ ਜੇ ਕਈ ਵਾਰੀ 6-6:30 ਵਜੇ ਨੀਂਦ ਆ ਜਾਏ ਨਾ, ਫਿਰ ਨਹੀਂ ਜਲਦੀ ਉੱਠਿਆ ਜਾਂਦਾ, ਅਤੇ ਉਦੋਂ ਐਂ ਹੁੰਦਾ ਵੀ 10 ਮਿੰਟ ਹੀ ਸੌਵਾਂਗੇ, ਪਰ 10 ਮਿੰਟ ਨਹੀਂ ਬੰਦਾ ਸੌਂਦਾ, ਫਿਰ ਉਦੋਂ ਫਿਰ ਲੰਮਾ ਸੌ ਜਾਂਦਾ। ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੋਗ, ਅੱਜ ਕੀ ਬਣਦਾ ਜੁੜਦਾ ਦੇਖਦੇ ਹਾਂ। ਬਾਪੂ ਦੀ ਸਵੇਰੇ ਸਵੇਰੇ ਬਾਪੂ ਅਤੇ ਬੇਬੇ ਗਏ ਆ ਮੱਥਾ ਟੇਕਣ, ਇੱਥੇ ਨੇੜੇ ਹੀ ਆਪਣੇ, ਕਿਉਂਕਿ ਮਾਤਾ ਨੇ ਜਾਣਾ ਸੀਗਾ ਕਿਤੇ, ਅਤੇ ਮਾਤਾ ਨੇ ਕੱਲ੍ਹ ਬਾਪੂ ਨੂੰ ਆਖਿਆ, ਬਾਪੂ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਜਾਣਾ ਮੱਥਾ ਟੇਕਣ, ਅਤੇ ਫਿਰ ਰਾਤ ਨੂੰ ਬਾਪੂ ਦਾ ਹੋ ਗਿਆ ਕੈਂਸਲ, ਹੁਣ ਫਿਰ ਬਾਪੂ ਹੋਰੀ ਗਏ ਆ ਮੱਥਾ ਟੇਕਣ ਉੱਥੇ ਜਿੱਥੇ ਮਾਤਾ ਕਹਿੰਦੀ ਸੀਗੀ, ਹੁਣ ਮਾਤਾ ਲੈ ਕੇ ਗਈ ਆ। ਬਾਕੀ ਹਜੇ ਤਕਦੀਰ ਵਰਗੀਆਂ ਗਈਆਂ ਪਈਆਂ ਸੁੱਤੀਆਂ, ਅਤੇ ਸ਼ੁਰੂ ਕਰਦੇ ਅੱਜ ਦਾ ਵਲੋਗ, ਅਤੇ ਆਪਾਂ ਦੇਣੇ ਕੀ ਬਣਦਾ ਜੁੜਦਾ ਅੱਜ। ਅੱਜ ਵੈਸੇ ਸ਼ਹਿਰ ਜਾਣਾ ਬਠਿੰਡੇ, ਕੰਮ ਆ ਇੱਕ ਦੋ ਉਹ ਕਰਕੇ। ਤਕਦੀਰ ਦਾ ਸਰੀਰ ਨਹੀਂ ਬਣਿਆ ਅਤੇ ਪਾਪਾ ਇਹਦੇ ਲਈ ਸਵੇਰੇ ਸਵੇਰੇ ਖੇਡ ਲੈ ਕੇ ਆਏ ਆ। ਉਹ ਦੇਖ, ਉਹ ਦੇਖੀ ਖੁਸ਼ ਹੋ ਗਈ, ਵਾਓ। ਮੰਮੀ ਹੋਰੀ ਤੜਕੇ ਤੜਕੇ ਗਏ ਸੀਗੇ, ਤੁਹਾਨੂੰ ਦੱਸਿਆ ਮੇਲੇ 'ਤੇ, ਗਲ 'ਚ ਰੂਬੀ ਡਾਇਮੰਡ ਪਾਏ ਹੋਏ ਆ, ਟੈਂ ਟੈਂ ਲੈ ਫੜ। ਹੱਸਦੀ ਕਹਿੰਦੇ ਆ, ਰੂਬੀ ਡਾਇਮੰਡ ਦੇਖਿਆ ਹੱਸਦੀ, ਕਹਿੰਦੀ ਮੈਨੂੰ ਵੀ ਲਿਆ ਕੇ ਦਿਓ। ਸਹੀ ਗੱਲ, ਫੜ ਸਰੀਰ ਨੀ ਬਣਿਆ ਅਜੇ। ਕਿ ਪਸੰਦ ਨੀ ਆਉਂਦਾ ਹਜੇ, ਬੋਲਣ ਨੀ ਲੱਗੀ, ਫਿਰ ਇਹ ਬੋਲ ਕੇ ਦੱਸਿਆ ਕਰੂ, ਪਾਪਾ ਇਹਦੇ ਆਏ ਨੀ ਹੈਗਾ, ਪਾਪਾ ਇਹਦੇ ਆਏ ਨੀ ਹੈਗਾ। ਆਪਾਂ ਝਾੜੂ ਵੀ ਲਾ ਲਿਆ ਅਤੇ ਹੁਣ ਆਪਾਂ ਲਾਈ ਜਾਂਦੇ ਪੋਚਾ, ਇਸ ਤੋਂ ਬਾਅਦ ਆਪਾਂ ਹੋਵਾਂਗੇ ਤਿਆਰ, ਕਿਉਂਕਿ ਜਾਣਾ ਹੈ ਅੱਜ ਬਾਹਰ ਜ਼ਰੂਰੀ ਕੰਮ ਕਰਨ। ਰੋਟੀ ਰੋਟੀ ਆਪਾਂ ਖਾ ਲਈ ਆ, ਭਾਂਡੇ ਭੁੰਡੇ ਚੱਕ ਲਏ ਆ, ਹੁਣ ਆਪਾਂ ਪੋਚਾ ਪੁਚਾ ਲਾ ਕੇ ਅਤੇ ਰੈਡੀ ਹੋ ਕੇ ਚੱਲਾਂਗੇ। ਲਓ ਜੀ, ਮੰਮੀ ਠੀਕ ਆ ਹੁਣ? ਮੰਮੀ ਠੀਕ ਆ ਹੁਣ ਤੋਂ? ਚੱਲ ਫਿਰ ਬਾਹਰ ਖੋਲ, ਰੱਖ ਲਈ ਰੱਖ ਲਈ। ਇੱਕ ਵੱਜ ਗਿਆ ਬਈ ਹੁਣ। ਵੈਸੇ ਇਸ ਵੇਲੇ ਜਾਣ ਦਾ ਮੰਡੀ ਸ਼ਹਿਰ ਕੋਈ ਹੱਜ ਨਹੀਂ ਹੈਗਾ, ਪਰ ਕੀ ਕਰੀਏ ਜਾਣਾ ਪੈਂਦਾ, ਕਿਉਂਕਿ ਨਾ ਕੰਮ ਕਾਰ ਹੀ ਇਹੋ ਜਿਹਾ। ਆਪਣੇ ਆਲੂ ਕਿੱਥੇ ਰੱਖੇ ਤੁਸੀਂ? ਆਪਣੇ ਆਲੂ ਤਕਦੀਰ ਦੇ, ਆਪਾਂ ਨੀ ਆਲੂ ਆ ਵਾਓ
ਤੇ ਅੱਜ ਸਾਨੂੰ ਕਈ ਤਰ੍ਹਾਂ ਦੇ ਕੰਮ ਨੇ ਮੰਡੀ ਸ਼ਹਿਰ, ਤੇ ਇਸ ਕਰਕੇ ਸਵੇਰੇ ਨਾ ਫਿਰ ਤਕਦੀਰ ਢਿੱਲੀ ਹੋ ਗਈ ਥੋੜ੍ਹੀ ਜਿਹੀ, ਉਹਨੂੰ ਬੁਖਾਰ ਹੋ ਗਿਆ ਸੀਗਾ, ਫਿਰ ਉਹਨੂੰ ਦਵਾਈ ਦਵੂਈ ਦਿੱਤੀ, ਉਸ ਕਰਕੇ ਅਸੀਂ 2 ਘੰਟੇ ਪ੍ਰੋਗਰਾਮ ਲੇਟ ਕਰਤਾ, ਨਹੀਂ ਤਾਂ ਅਸੀਂ ਟਾਈਮ ਨਹੀਂ ਜਾ ਵੜਨਾ ਸੀਗਾ। ਪਰ ਚਲੋ ਕੋਈ ਗੱਲ ਨਹੀਂ, ਝਾੜੂ ਪੋਚਾ ਕੀਤਾ, ਰੋਟੀ ਰੋਟੀ ਬਣਾਈ, ਰੋਟੀ ਰੋਟੀ ਖਾਧੀ, ਤੇ ਇੱਕ ਜੋਤ ਨੂੰ ਆਇਆ ਹੁੰਦਾ ਵੀ ਮੈਂ ਘਰੋਂ ਕੰਮ ਨਿਬੇੜ ਕੇ ਜਾਵਾਂ, ਫਿਰ ਸ਼ਾਮ ਨੂੰ ਭਾਵੇਂ ਦੀ ਅਸੀਂ ਕਿੰਨੇ ਮਰਜ਼ੀ ਲੇਟ ਆਈਏ ਫਿਰ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਸੋ ਸਾਡੀ ਥੋੜ੍ਹੀ ਇਹ ਥਿਊਰੀ ਆ। ਅਤੇ ਕਈ ਵਾਰੀ ਐਂ ਹੁੰਦਾ ਵੀ ਮੰਨ ਲਓ ਵੀ ਕੰਮ ਬਿਨਾਂ ਨਿਬੇੜੇ ਘਰੋਂ ਜਾਓ ਤਾਂ ਫਿਰ ਮੁੜ ਕੇ ਆ ਕੇ ਕਰਨਾ ਪੈਂਦਾ ਜੋਤ ਨੂੰ। ਸੋ ਉਹ ਤਾਂ ਉੱਥੇ ਹੀ ਹਿਸਾਬ ਆ ਗਿਆ ਹੈ ਨਾ। ਅਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅਤੇ ਮੰਡੀ ਆਪਾਂ ਨਿਬੇੜੀਏ ਕੰਮ। ਇੱਕ ਤਾਂ ਅੱਜ ਅਸੀਂ ਨਹਾ ਧੋ ਕੇ ਥੋੜ੍ਹੇ ਜ਼ਿਆਦਾ ਲਿਸ਼ਕ ਵਿਸ਼ਕ ਚੱਲੇ ਹਾਂ, ਕਿਉਂਕਿ ਸਾਡੀਆਂ ਹੋਣੀਆਂ ਅੱਜ ਫੈਮਿਲੀ ਫੋਟੋਗ੍ਰਾਫ, ਫੋਟੋਆਂ ਖਿਚਾਉਣੀਆਂ ਸੀ। ਅਤੇ ਬਾਕੀ ਕੁਛ ਕਾਗਜ਼ੀ ਕਾਰਵਾਈ ਹੈ ਵੈਸੇ ਅੱਜ, ਥੋੜ੍ਹੇ ਜਿਹੇ ਆਉਣ ਵਾਲੇ ਜਿਹੜੇ ਸਰਪ੍ਰਾਈਜ਼ ਹੈ, ਅਤੇ ਉਹ ਗੁਰਦੁਆਰਾ ਸਾਹਿਬ ਲਈ ਕਣਕ ਇਕੱਠੀ ਕਰ ਰਹੇ ਆ, ਆਪਣੇ ਵੀ ਇੱਧਰ ਆਏ ਸੀਗੇ ਸਾਰੇ। ਅਤੇ ਚਲੋ ਜੀ ਚੱਲੀਏ। ਚਲੋ ਡੈਮੇਜ ਲਓ ਜੀ ਫਿਰ, ਅਸੀਂ ਤਾਂ ਵੈਸੇ ਸਮਾਨ ਹੀ ਫੜਨਾ ਸੀਗਾ ਪਰ ਸੰਗਤਾਂ ਦੀ ਰਾਇ ਰਲ ਜਾਂਦੀ ਹੈ ਫਿਰ। ਗੋਤਲੇ ਬੱਚੇ ਹੋਏ, ਬੱਚੇ ਸਾਡੇ ਨਾਲ ਫੇਰ ਆ ਚੁੱਕੇ ਨੇ ਬਿਨਾਂ ਰਹਿਮ ਲਈ। ਕੀਤਿਆਂ ਨਹੀਂ ਵੀ ਮੈਂ ਬਈ ਇਹਨਾਂ ਪਾਰਟੀ ਕਰੀ ਬਿਨਾਂ ਰਹਿ ਨਹੀਂ ਸਕਦਾ। ਹੁਣ ਕਾਦੀ ਪਾਰਟੀ ਤਾਂ ਵੈਸੇ ਮੇਰਾ ਤਾਂ ਪੀਤੇ ਫਾਸਟ ਫੂਡ ਹੀ ਬੰਦਾ, ਮੈਂ ਤਾਂ ਜੂਸ ਜਾਸ ਵਾਲਾ ਹੁਣ ਤਾਂ ਮੇਰਾ ਤਾਂ ਉਹ ਦੂ ਮੈਂਗੋ ਪਹਿਲੇ ਆਈਸਕ੍ਰੀਮ ਖਾ ਲਈ ਸੌਫਟੀ। ਹਾਂ ਇਹ ਵੀ ਠੀਕ, ਇਹ ਠੀਕ ਆ। ਸੌਫਟੀ ਤਾਂ ਖਾਈ ਸਕਦਾ, ਉਹ ਤਾਂ ਨਹੀਂ ਖਾਦੀ ਵੀਰੇ ਬੰਦਾ ਤੂੰ। ਨਿਆਣੇ ਦੀ ਤਹਿਸੀਲ ਚੋ ਕੰਮ ਨਿਬੇੜ ਲਿਆ ਆਪਾਂ, ਕੰਮ ਨਿਬੜਿਆ ਨਹੀਂ ਵੈਸੇ ਆਪਣਾ, ਅਜੇ ਹੋਇਆ ਨੀਗਾ, ਪੇਪਰ ਜੇ ਰੈਡੀ ਹੋਣਗੇ। ਵਿੱਚ ਹੀ ਦਾਣਾ ਮੰਡੀ, ਇੱਥੇ ਵਿੱਚ ਹੀ ਤਹਿਸੀਲ ਹੈ। ਹੋ ਥਾਣੇ ਕਚਹਿਰੀਆਂ ਚ ਨਿੱਤ ਸਾਡਾ ਗੇੜਾ ਨਹੀਂ ਨਹੀਂ ਹਜੇ ਨਹੀਂ, ਉਹ ਤਾਂ ਮੈਂ ਘਰ ਜਵਾਕ ਨਾਲ ਆਇਆ ਦਾ ਇੱਕ ਨੁਕਸਾਨ ਤੇ ਇੱਕ ਫਾਇਦਾ। ਮੈਂ ਕਿਹਾ ਜਵਾਕ ਨਾਲ ਲਿਆਂਦਾ ਤਾਂ ਇੱਕ ਨੁਕਸਾਨ ਤੇ ਇੱਕ ਫਾਇਦਾ। ਖਾ ਖਾ ਕੇ ਲੇਜ਼ 2 ਪੈਕਟ ਫੜੇ, ਇੱਕ ਨੀਲਾ, ਇੱਕ ਅੰਕਲ ਚਿਪਸ ਤੇ ਲਾਲ ਦਾ ਸੈੱਟ ਦਿੱਤਾ। ਇਹ ਕਰਲ ਖੋਲੇ ਹੀ ਨਹੀਂ ਅਜੇ ਤੱਕ, ਨਾਤੀ ਨਹੀਂ ਵਿੱਚ ਬਾਲ ਦੂਜੀ ਕਰੀਮ ਲਾਈ ਮੇਰੇ ਉਹ ਵੀ ਐਲਰਜੀ ਕੀਤੀ ਪਤਾ ਨੀ ਕਿਉਂ, ਮੈਂ ਉਪਰੀ ਚੀਜ਼ ਲਓ ਬਈ। ਕੁੜੀਏ ਸਾਨੂੰ ਇੱਕ ਚੱਪਲ ਲੈ ਲੈਂਦੇ ਸੀ ਤੇ ਜਿੰਨਾ ਟਾਈਮ ਉਹ ਘਸਦੀ ਨੀ ਸੀ, ਟੁੱਟਦੀ ਨੀ ਸੀ, ਨਵੀਂ ਹੁਣ ਪੱਥਰ ਜਿਹੀਆਂ ਚੱਪਲਾਂ ਨੀ ਆਉਂਦੀਆਂ ਸੀ, ਪਾਇਲ ਦੀਆਂ ਪੱਥਰ ਜਿਹੀਆਂ ਨੀਲੇ ਸਟੈਪਲ ਵਾਲੀਆਂ, ਉਹ ਤਾਂ
ਪਾਇਲ ਦਿਖਾਣੀ ਇਹ ਤਾਂ ਬਾਟਾ ਦਿਖਾਉਂਦੀ ਨੀਲਾ ਸਟੈਂਪਲ ਹੁੰਦਾ ਸੀ ਉਹਨਾਂ ਦਾ ਥੱਲੇ ਚਿੱਟੀ ਜਿਹੀ ਹਾਂ ਬਾਟਾ ਦਿਖਾਉਂਦੀ ਪਹਿਲਾਂ ਮੈਂ ਕੋਈ ਵੀ ਚੱਪਲ ਲੈਣੀ ਤਾਂ ਮੈਂ ਜਦੋਂ ਘਸ ਜਾਣੀ ਮੰਡ ਜੀ ਮੈਂ ਤੋੜ ਦੇਣਾ ਮੇਰੇ ਤਾਏ ਨੇ ਇੱਕ ਵਾਰੀ ਉਹਨੂੰ ਉਹ ਦਵਾਤੀ ਕਹਿੰਦਾ ਇਹ ਨਹੀਂ ਟੁੱਟਣੀ ਮਹੀਨਾ ਕ ਹੋਇਆ ਮੈਂ ਉਹ ਵੀ ਪਲੇਟਣਾ ਵੱਢਤੀ ਚੱਪਲਾਂ ਤਾਂ ਮੇਰੇ ਕੋਲ ਵੀ ਹੈ ਨਹੀਂ ਉੱਦਾਂ ਘਸੀਆਂ ਪਈਆਂ ਪਰ ਮੈਂ ਫੇਰ ਲੈ ਲੂੰਗੀ ਅਜੇ ਤਾਂ ਇਹਨਾਂ ਨੂੰ ਦਿਨ ਵੀ ਇਹ ਤਾਂ ਮੈਂ ਬਾਹਰ ਆਉਣ ਜਾਣਾ ਨਹੀਂ ਘਰੇ ਪਾਉਣ ਵਾਲਿਆਂ ਨਾਲ ਗੱਲ ਕਰਦੀ ਸੀ ਫੜ ਕੇ ਤੋੜ ਦੇ ਮੁੜ ਕੇ ਦਵਾਉਣਾ ਵੀ ਨਹੀਂ ਉਹ ਦੇਖੋ ਕਰੋਕਸ ਕਰੋਕਸ ਇੱਧਰ ਆ ਜਾ ਇੱਧਰ ਤਕਦੀਰ ਆ ਆ ਵੀ ਪਾਇਆ ਦੇਖ ਮੈਂ ਕੀ ਉਹ ਵੀ ਹੈ ਉਹ ਜ਼ਿਆਦਾ ਕਿਊਟ ਹੈ ਪਰ ਜਿਹੜੇ ਕਲਰ ਡਾਰਕ ਲਿਓ ਪਰ ਇਹ ਮੁੰਡਿਆਂ ਦੀ ਹਾਂਜੀ ਪਾਪੇ ਦੀ ਤਾਂ ਚੱਪਲੇ ਚੱਕ ਲਈ ਕਿਸੇ ਨੇ ਜਿਹੜੀ ਲੈ ਕੇ ਗਏ ਸੀ ਪਾਕਿਸਤਾਨ ਹੀ ਰਹਿ ਗਈ ਛੋਟਾ ਆ ਵੱਡਾ ਲੈ ਲਓ ਆਹੀ ਦੇਖਿਆ ਵੀ ਤੇ ਹਜੇ ਨੀ ਆਉਣੇ ਤਾਜ ਰਤਨ ਦੇ ਪਰ ਉਹਨੂੰ ਹੈਬਿਟ ਪਾ ਦਿਓ ਜਲਦੀ ਇਹਨੂੰ ਲੇਟ ਪਈ ਆ ਤਕਦੀਰ ਉਹ ਡਿੱਗ ਗਿਆ ਕੰਨ ਵੀਰੇ ਚੱਲ ਤੁਰ ਕੇ ਦਿਖਾ ਹੁਣ ਕਿਰਾ ਹਾਂ ਜ਼ਿਆਦਾ ਵੱਡੇ ਬੋ ਕੇ ਹੀ ਲੱਗਦੇ ਪੈਰਾਂ ਚ ਛੱਡ ਆਪੇ ਤੁਰ ਚੱਲ ਸਾਰਾ ਹੀ ਇਹਨਾਂ ਨੇ ਉੱਤੇ ਡੋਲ ਲਿਆ ਆ ਜਿਹੜਾ ਮੰਗਦਾ ਸੀ ਤੇ ਰੇਂਜ ਨੂੰ ਖਿੱਚਦਾ ਨੀ ਖਿੱਚਦਾ ਤਾਂ ਛੱਡ ਕੇ ਇੰਨਾ ਜ਼ਿਆਦਾ ਛੱਡ ਲੈ ਖਿੱਚੀ ਜਾਂਦਾ ਮਗਰ ਇਹਦੇ ਕੀ ਫੰਕਸ਼ਨ ਐਫਐਮ ਇੱਥੇ ਸਾਡੀ ਉਹ ਚੱਲ ਰਹੀ ਸੀ ਕੈਲਕੂਲੇਸ਼ਨ ਇੱਕ ਦੂਜੇ ਵਿਚਕਾਰ ਵਲੌਗ ਤੇ ਇਹਨੇ ਵੱਧ ਬਣਾਇਆ ਕਿ ਮੈਂ ਬਣਾਇਆ ਕਿ ਬਹਿਦੀ ਨੇ ਬਣਾਇਆ ਲਓ ਵੀ ਆਪਾਂ ਬਣਾਉਣ ਲੱਗੇ ਆ ਆਪਾਂ ਆ ਗਏ ਸੀਗੇ ਆ ਕੇ ਆਪਾਂ ਮਾੜਾ ਜਿਹਾ ਟਹਿਲ ਪਹਿਲ ਲਿਆ ਇੱਧਰ ਉੱਧਰ ਸ਼ਿਮਲਾ ਮਿਰਚ ਤਕਦੀਰ ਮੇਨਾ ਹੋਈ ਆ ਗੁੱਸੇ ਤਕਦੀਰ ਤਕਦੀਰ ਮੇਰੇ ਨਾਲ ਤਾਂ ਗੁੱਸੇ ਹੋਈ ਸੀ ਕਿਉਂਕਿ ਜਿਹੜੇ ਨਵੇਂ ਕਰੋਕਸ ਲੈ ਕੇ ਆਈ ਪਾਉਂਦੀ ਨੀ ਸੀ ਤੇ ਮੈਂ ਜ਼ਬਰਦਸਤੀ ਪਾਏ ਆ ਤੇ ਹੁਣ ਚੱਲ ਆ ਜਾ ਮੈਨੂੰ ਬਾਹਰ ਨੂੰ ਲੈ ਕੇ ਚੱਲੀ ਪਤਾ ਨੀ ਕਿਉਂ ਅੱਛਾ ਬਾਲ ਵੜ ਗਈ ਥੱਲੇ ਚੱਲ ਹੋ ਗਈ
ਪੱਤੇ ਡਿੱਗਣੋਂ ਘਟ ਗਏ ਤੇ ਹੁਣ ਹੁਣ ਇਹਨਾਂ ਦੀ ਖੇੜਾ ਛੁੱਟ ਗਿਆ ਮੰਮੀ ਹੋਰਾਂ ਦਾ। ਨਹੀਂ ਮਹੀਨਾ 20 ਦਿਨ ਤਾਂ ਇਹ ਬਹੁਤ ਜ਼ਿਆਦਾ ਤਪੀਆਂ ਰਹੀਆਂ ਇਹਨਾਂ। ਪਟਾ ਦਿਓ ਦਰਖਤ ਨੂੰ ਇਹਨੂੰ, ਕਿਉਂਕਿ ਡੇਲੀ ਪੱਤੇ ਡਿੱਗਦੇ ਹੀ ਸੁੱਕੇ। ਹੁਣ ਹਨੇਰੀ ਜੀ ਆ ਗਈ ਤੇ ਹਨੇਰੀ ਤੋਂ ਬਾਅਦ ਸਾਰੇ ਝੜ ਗਏ ਇੱਕਦਮ, ਹੁਣ ਹਰੇ ਪੱਤੇ ਆ, ਹੁਣ ਝੜਦੇ ਨਹੀਂ ਹੈਨਾ। ਮੈਂ ਕਿਹਾ ਮਹੀਨਾ 20 ਦੇ ਅੰਦਰ ਸੱਸ ਨੂੰ ਬਹੁਤ ਤਪੀਆਂ ਰਹੀਆਂ ਜਾਮਣ ਤੇ ਪੱਤੇ ਮੇਰੀ ਉਂਗਲ ਫੜ ਕੇ ਤੂੰ ਬਹੁਤ ਗਲਤ ਕੰਮ ਕਰਾਉਣੀ ਆ ਏਦਾਂ, ਮੁੜ ਕੇ ਮੈਨੂੰ ਗਾਲਾਂ ਮਿਲਦੀਆਂ ਕੀ ਆ ਇਹਦੇ ਚ ਕੁਛ ਨੀ। ਗਾਲਾ ਦਾਦੀ ਤੋਂ ਸੀ ਉਹ ਬਾਲਟੀ ਭਰੀ ਬੈਠੀ ਇਹ ਕਿੱਥੋਂ ਲਿਆਂਦੀ ਹੈ ਇਹ? ਕੋਈ ਤੜਕੇ ਲਿਆਂਦਾ ਕੋਈ ਅੱਜ ਬਾਬੇ ਦੇ ਕੇ ਦੁਪਹਿਰੇ ਮੈਨਾਂ ਬੁੱਕ ਭਰ ਕੇ ਗੁਰਦੁਆਰੇ ਵਾਲੇ ਨਹੀਂ ਚੰਗਾ ਦੇ ਦੇ ਹੋਰ ਕੀ ਖਾਣਾ ਨਹੀਂ। ਲਓ ਵੀ ਆਪਣੀ ਰੋਟੀ ਵੀ ਤਿਆਰ ਹੋ ਗਈ ਆ, ਲਾਈਟ ਜਾ ਚੁੱਕੀ ਆ, ਬਾਹਰ ਹਨੇਰੀ ਚੱਲ ਰਹੀ ਆ। ਇੱਧਰ ਮੈਂ ਬਣਾ ਰਿਹਾ ਆਪਣਾ ਬੂੰਦੀ ਵਾਲਾ ਖੱਟਾ ਅਤੇ ਇੱਧਰ ਪਿਆ ਤਕਦੀਰ ਦਾ ਮੈਨੂੰ ਹੁਣੇ ਸਿੰਪਲ ਖਾਂਦੇ ਆ। ਬਾਹਰ ਹਨੇਰੀ ਦੇਖੋ ਕਿੰਨੀ ਜ਼ਿਆਦਾ ਚੱਲਣ ਲੱਗ ਪਈ ਆ, ਹਨੇਰ ਤੂਫਾਨ ਬਾਹਰ ਪੂਰ ਲਾ ਦਈਏ ਤਕਦੀਰ ਦੀ ਸੈਟ ਲਈ ਅੰਦਰ ਕਰ ਲਈਏ ਕਿਉਂਕਿ ਸਾਰੀ ਮਿੱਟੀਆਂ ਭਰ ਜਾਂਦੀਆਂ ਫਿਰ ਨਹੀਂ ਤਾਂ। ਸ਼ਿਮਲਾ ਮਿਰਚ, ਦੁੱਧ ਵਾਲਾ ਕੱਦੂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਹਨੇਰੀ ਆ ਗਈ। ਥੈਂਕ ਯੂ ਦੱਸਤਾ ਆ ਕੇ ਮੈਨੂੰ ਵੀ ਹਨੇਰੀ ਆ ਗਈ। ਕਿਵੇਂ ਕਰੀਏ ਕਰਾ ਸ਼ੁਕਰੀਆ ਤੇਰਾ ਕਿ ਤੂੰ ਮੈਨੂੰ ਦੱਸਿਆ ਹਨੇਰੀ ਆ ਗਈ ਆ। ਲੱਸੀ ਇੰਨਾ ਮਾਲਚ ਕਰਾਈ ਜਾਂਦੀ ਆ ਹੈਨਾ, ਇਹਦੇ ਮੂੰਹ ਤੇ ਕੀ ਹੋ ਗਿਆ ਤੇਰੀ ਗੱਲ ਠੀਕ ਹੈ ਹੈਨਾ, ਮੱਛਰ ਲੜ ਗਿਆ ਉਹਨੂੰ ਪਤਾ ਨਹੀਂ ਐਲਰਜੀ ਜੀ ਹੋ ਗਈ ਉਹਦਾ ਲਾ ਦੇ ਮੱਛਰ ਲੜਿਆ ਹੋਣਾ ਜੋ ਤੂੰ। ਲਾਈਟ ਆਈ ਨਹੀਂ ਲਾਈਟ ਗਈ ਬਈ, ਮੌਸਮ ਹੋ ਗਿਆ ਖਰਾਬ ਤੇ ਹੁਣ ਅੱਜ ਲੱਗਦਾ ਰਾਤ ਨੂੰ ਅੱਜ ਏ ਸੀ ਚੱਲਣਾ ਨੀ ਗਾ ਤੇ ਪੱਖੇ ਤਾਂ ਐ ਨੀ ਪਤਾ ਵੀ ਪੱਖੇ ਕਿੰਨਾ ਕੁ ਟਾਈਮ ਚੱਲਣਗੇ। ਬੰਦ ਹੀ ਆ ਹੁਣ ਲਾਈਟਾਂ ਜਿਹੜੀਆਂ ਜਿੱਥੇ ਬੈਠੇ ਉਹੀ ਆ ਚੱਲਦੀਆਂ। ਤੂੰ ਬਾਥਰੂਮ ਵਾਲੀ ਇੱਕ ਜਾਣਾ ਹਜੇ ਇੱਕ ਦੋ ਵਾਰੀ ਬੰਦ ਕਰਤੀ ਮੰਮੀ ਨੇ ਬੰਦ ਟੀਵੀ ਆ ਕੱਲਾ ਬਸ ਚੱਲਦਾ ਕਰ ਦਈਏ ਟੀਵੀ ਕਰ ਦਈਏ ਬੰਦ ਕਿ ਮੱਛਰਾਂ ਨਾਲ ਸੌਣੂਗਾ ਹੈਂ। ਇਹ ਤਾਂ ਤੇਰੇ ਵਰਗੀ ਆ, ਇਹਨੇ ਤਾਂ ਸੌ ਹੀ ਜਾਣਾ, ਨੀਂਦ ਮੈਨੂੰ ਨਹੀਂ ਆਉਂਦੀ। ਚੱਲ ਕੱਲ ਨੂੰ ਕਿਹੜਾ ਕਿਤੇ ਜਾਣਾ ਫਿਰ ਦਿਨੇ ਸੌ ਜੀ ਹਾਂ। ਤੇ ਅੱਜ ਵੀ ਠੰਡੀ ਚੱਲੀ ਜਾਂਦੀ ਬਾਹਰ ਹਾਂ।
ਨਹੀਂ ਨਹੀਂ ਬਾਹਰ ਕਾ ਤੇ ਡਾਉਣਾ, ਚੱਲ ਡੀਕ ਲੋ ਹੈ ਤਾਂ ਲਾਈਟ ਦਾ ਕੀ ਪਤਾ ਆ, ਨਾ ਹੀ ਤਾਂ ਫਿਰ ਕੋਈ ਨਹੀਂ। ਚੱਲ ਪਾਪਾ ਨੇਰ ਬਹੁਤ ਚੱਲੀ ਜਾਂਦਾ ਬਾਈ, ਪਰ ਹਵਾ ਠੰਡੀ ਲੱਗਦੀ ਹੈ। ਆ ਗਈ ਓਏ ਲਾਈਟ, ਆ ਗਈ ਓਏ, ਕੀ ਬਾਤ ਹੈ ਬਈ, ਤਾਂ ਤਾਰੇ ਨਿਕਲੇ ਹੋਏ ਸੀ, ਹਨੇਰੀ ਆਈ ਸੀ ਇਕੱਲੀ। ਚੱਲ ਲਾਈਟ ਆ ਗਈ, ਹੁਣ ਟੈਨਸ਼ਨ ਨਹੀਂ ਹੈਗੀ। ਪਹਿਲਾਂ ਸਾਨੂੰ ਐਂ ਸੀਗਾ ਕਿਉਂਕਿ ਫਿਰ ਇਨਵਰਟਰ ਡਾਊਨ ਹੋ ਜਾਂਦਾ ਅਤੇ ਫਿਰ ਉਹ ਪੱਖੇ ਚਲਾਉਂਦਾ ਨਹੀਂ ਸਾਰੀ ਰਾਤ। ਫਿਰ ਮੰਮੀ ਆਖੀ ਜਾਂਦੀ ਸੀ, ਕਹਿੰਦੀ ਅਸੀਂ ਬਾਹਰ ਹਵਾ 'ਚ ਪੈ ਜਾਵਾਂਗੇ ਮੰਜੇ ਡਾਹ ਕੇ, ਅਤੇ ਵੀ ਤਕਦੀਰ ਸਾਰੀ ਰਾਤ ਸੁੱਤੀ ਰਹੂਗੀ। ਪਹਿਲਾਂ ਇਹ ਮੇਰੇ ਲਈ ਹੁੰਦਾ ਸੀ ਇੱਦਾਂ, ਹੁਣ ਤਕਦੀਰ ਛੋਟੀ ਹੈ। ਆ ਗਈ, ਚਲੋ ਫਿਰ ਗਈ। ਉਹ ਵੀਡੀਓ ਤੇ 169 ਕਮੈਂਟ ਸੀ, ਮਤਲਬ 169 ਸਾਰਿਆਂ ਨੇ ਗਾਣਾ ਸੁਣ ਕੇ ਕਮੈਂਟ ਕੀਤੇ, ਸਾਰਿਆਂ ਨੇ ਆਲਮੋਸਟ। ਬਾਪੂ ਦਾਦਾ ਹੁਣ ਕਹਿੰਦਾ ਵੀ ਸੁਰ ਤਾਂ ਬਾਹਲੀ ਉੱਚੀ 'ਚ ਲਿਖਿਆ ਵਾ, ਉਹ ਤਾਂ ਥੋੜ੍ਹੇ ਜਿਹੇ ਥੱਲੇ ਵਾਲੇ ਸੁਰ 'ਚ ਸੁਣਾਇਆ ਸੀਗਾ। ਹੋਰ ਬਹੁਤ ਸੀ ਗਾਣਾ ਹਲੇ ਤਾਂ ਲਿਖੇ ਸੀ, ਨਹੀਂ ਕੋਈ ਯਾਦ ਹੋਵੇ ਜਿਹੜਾ, ਨਹੀਂ ਯਾਦ ਪੂਰਾ ਨਹੀਂ ਯਾਦ, ਯਾਦ ਕੱਲਾ ਹੀ ਸੀ ਹੈ। ਕਾਪੀ ਕਿਹੜਾ ਲੈ ਗਿਆ ਚੁੱਪ ਕੇ? ਕਾਪੀ ਆਈ ਹੈ ਸਾਡੇ ਤਾਂ ਇੱਕ ਹਰਦੇਵ ਮਾਸਟਰ, ਤੇ ਉਦੋਂ ਉਹਦੇ ਨਾਲ ਬਰਾਤ ਗਿਆ ਸੀ, ਉਹਦੇ ਰਿਸ਼ਤੇਦਾਰ ਸੀ ਇੱਥੋਂ ਦੂਜਾ ਚੰਦ ਭਾਨ ਤੋਂ ਨਾ ਆ ਕਰੀਏ ਤੋਂ ਆ ਕਰੀਏ ਤੋਂ ਅਸੀਂ ਬਰਾਤ ਗਏ ਸੀ ਕਣਕ ਵਾਲ, ਉੱਥੇ ਇੱਕ ਘਟਨਾ ਘਟੀ ਸੀ ਬਰਾਤ 'ਚ। ਉੱਥੇ ਇਹਨੇ ਹਰਦੇਵ ਨੇ, ਉਦੋਂ ਡੈਰੀ ਮੇਰੀ ਗੱਡੀ ਦੇ ਵਿੱਚ ਸੀਗੀ ਅਤੇ ਹਰਦੇਵ ਨੇ ਦੇਖਿਆ ਅਤੇ ਅਸੀਂ ਉੱਧਰੋਂ ਵਾਪਸ ਆਏ, ਅਤੇ ਰਾਤ ਨੂੰ ਇਹ ਮੈਨੂੰ ਕਹਿੰਦਾ ਵੀ ਇਹਦੇ 'ਤੇ ਕੋਈ ਘਟਨਾ 'ਤੇ ਕੋਈ ਗੀਤ ਲਿਖ ਕੇ ਵਿਖਾਵੇ, ਜੇ ਕੁਛ ਨਾ ਕੁਛ ਲਿਖ, ਚਾਹੇ ਕਹਾਣੀ ਜਾਂ ਕੋਈ ਵੀ ਚੀਜ਼ ਲਿਖ, ਮੈਂ ਵੀ ਕੋਈ ਨਹੀਂ ਸੋਚਾਂਗੇ। ਅਤੇ ਉਹ ਘਟਨਾ ਕੀ ਸੀਗੀ, ਉੱਥੇ ਬਰਾਤ ਦੇ ਵਿੱਚ ਕਮਾਂਡੋ ਸੀਗੇ ਮੁੰਡੇ, ਅਤੇ ਉੱਥੇ ਜਿਹੜੀਆਂ ਬਰਾਤ ਦੇ ਵਿੱਚ ਮੰਗਣ ਵਾਲੀਆਂ ਆ ਜਾਂਦੀਆਂ, ਅਤੇ ਉਹ ਐਂ ਪਾਸੇ ਖੜਾ ਸੀਗਾ, ਉਹ ਕਹਿੰਦਾ ਵੀ ਉਹ ਦਸਾਂ ਦਾ ਨੋਟ ਉਹਨੇ ਦਿੱਤਾ ਉਹਨੂੰ, ਉਹਦਾ ਵੀ ਆ ਕੇ ਲੈ ਜਾ ਇੱਥੋਂ। ਉਹ ਕੁੜੀ ਸੀਗੀ ਅਤੇ ਜਦੋਂ ਨੋਟ ਫੜਨ ਗਈ ਤਾਂ ਉਹਨੇ ਨੋਟ ਤਾਂ ਫੜਾ ਤਾ ਅਤੇ ਉਹਨੂੰ ਚੱਕ ਕੇ ਤੇ ਨੱਚਣ ਲੱਗ ਪਿਆ ਉਹ, ਅਤੇ ਉਹਨੂੰ ਬਹੁਤ ਫੀਲ ਕੀਤਾ ਸਾਰਿਆਂ ਨੇ, ਬਰਾਤੀਆਂ ਨੇ ਵੀ ਅਤੇ ਪਿੰਡ ਵਾਲਿਆਂ ਨੇ ਵੀ ਗਲਤ ਕੀਤਾ। ਉਹ ਜਦੋਂ ਅਸੀਂ ਇੱਥੇ ਆਏ ਅਤੇ ਜਦੋਂ ਉਹਨੇ ਮਾਸਟਰ ਨੇ ਆਖਿਆ ਤਾ ਵੀ ਆਹ ਚੀਜ਼ ਹੈ, ਇਹਦੇ 'ਤੇ ਕੋਈ ਚੀਜ਼ ਲਿਖੀ, ਮੈਂ ਕਿਹਾ ਕੋਈ ਨਹੀਂ ਮਾਸਟਰ 'ਚ ਲਿਖਾਂਗੇ। ਅਸੀਂ ਸ਼ਾਮ ਨੂੰ ਰਾਤ ਰਹੇ ਸੀਗੇ ਉੱਥੇ ਆ ਕਰੀਏ, ਅਤੇ ਰਾਤ ਨੂੰ ਅਸੀਂ ਪਹਿਲਾਂ ਫਿਲਮ ਦੇਖਣ ਲੱਗ ਪਏ ਟੀ ਵੀ 'ਤੇ, ਅਤੇ ਫਿਲਮ 12 ਵਜੇ ਐਂਡ ਹੋਈ ਅਤੇ 1 ਵਜੇ ਉਹ ਤਾਂ ਸੌਂ ਕੇ ਅਤੇ ਮੈਂ ਗੀਤ ਸ਼ੁਰੂ ਕਰਤਾ ਲਿਖਣਾ। ਸੁਬਾਹ ਜਦੋਂ 5 ਵਜੇ ਉੱਠ ਕੇ ਬਾਹਰ ਨੂੰ ਗਏ ਅਤੇ ਮੈਂ ਕਿਹਾ ਮਾਸਟਰ ਜੀ ਤੁਹਾਡਾ ਗੀਤ ਲਿਖਤਾ, ਮੈਨੂੰ ਤਾਂ 12 ਵਜੇ ਫਿਲਮ ਕਰਤੀ ਹੋਈ, 1 ਵਜੇ ਆਪਾਂ ਪਏ ਹਾਂ ਅਤੇ ਤੂੰ ਕਿਤੇ ਕਿਹੜੇ ਸਾਨੂੰ ਤਾਂ ਲਿਖਤਾ, ਮੈਂ ਕਿਹਾ ਜੀ ਤੁਸੀਂ ਡੈਰੀ 'ਚ ਪਿਆ ਲਿਖਿਆ ਅਤੇ ਵਾਪਸ ਚੱਲ ਕੇ ਪੜ੍ਹ ਲਿਆ। ਅਤੇ ਉਹਦੇ 'ਚੋਂ ਇੱਕ ਫਿਕਰਾ ਯਾਦ ਹੈ, ਉਹਦੇ ਬੋਲ ਸੀਗੇ ਇਕੱਠੀਆਂ ਤਾਂ ਹੋ ਕੇ ਨਹੀਂ ਸਹੇਲੀਆਂ ਸੀ ਆਈਆਂ,
ਕਹਿੰਦੀਆਂ ਨੀ ਚੱਲੋ ਦੇਈਏ ਲਾੜੇ ਨੂੰ ਵਧਾਈਆਂ, ਕਹਿੰਦੀਆਂ ਨੀ ਚੱਲੋ ਦੇਈਏ ਲਾੜੇ ਨੂੰ ਵਧਾਈਆਂ। ਪਰ ਉੱਥੇ ਇੱਕ ਸੂਤਾ ਪੰਗਾ ਪੈ ਗਿਆ, ਉੱਥੇ ਇੱਕ ਸੂਤਾ ਪੰਗਾ ਪੈ ਗਿਆ, ਨੀ ਜੰਨ ਵਿੱਚ ਹੋਇਆ ਮਸਤੀ, ਮੇਰੇ ਨੱਚਦੀ ਦੇ ਨਾਲ ਭੈੜਾ ਖਹਿ ਗਿਆ। ਇਹ ਉੱਥੇ ਮੈਂ ਲਿਖਿਆ ਸੀਗਾ, ਇਹ ਪੂਰਾ ਨਹੀਂ ਹੁਣ ਯਾਦ, ਇੱਕ ਡੈਰੀ ਸਹੀ ਗੱਲ ਆ, ਕਈ ਵਾਰੀ ਦੇਖ ਹੀ ਸਕਦਾ। ਹਾਂ ਕਈ ਵੇਲੇ ਹੁੰਦਾ ਬੰਦੇ ਨੂੰ ਪਛਤਾਵਾ ਹੋ ਜਾਂਦਾ ਵੀ ਮੈਂ ਨੇਪਾਲੀ ਨੂੰ ਗਾਣਾ ਵੀ ਲਿਖ ਕੇ ਦਿੱਤਾ ਸੀਗਾ। ਸੇਮੀ ਦਾ ਭਰਾ ਜਿਹੜਾ ਮਰ ਗਿਆ ਮਾਣਕ ਦੇ, ਇਹ ਤਾਂ ਬਾਹਲੇ ਉੱਚੇ ਜਾਂਦੇ ਸੀ ਸਰ। ਜਵਾਨ ਬਹੁਤ ਪੁਰਾਣਾ ਖੜਾ ਲੱਗਦਾ ਹੈਨਾ। ਉੱਚੇ ਸੁਰ ਚ ਹੀ ਆ। ਲਾਈਟ ਨੀ ਬਈ ਆਈ ਤੇ ਹੁਣ ਲੱਗਦਾ ਏਦਾਂ ਹੀ ਅੱਜ ਰਾਤ ਨਿਕਲੂਗੀ, ਬਾਕੀ ਦੇਖਦੇ। ਚਲੋ ਜਿੰਨਾ ਚਿਰ ਪੱਖਾ ਚੱਲਦਾ ਉਨਾ ਚਿਰ ਤਾਂ ਸੌਂਦੇ ਹਾਂ, ਅਤੇ ਉਦੋਂ ਬਾਅਦ ਵੇਖਾਂਗੇ। ਬਾਕੀ ਜੇ ਲਾਈਟ ਆ ਗਈ ਤਾਂ ਫਿਰ ਹੋ ਸਕਦਾ ਨਾ ਹੀ ਉੱਠੀਏ। ਇੰਨੀ ਗਰਮੀ ਤਾਂ ਹੈ ਨਹੀਂ ਜੋ ਕਮਰੇ 'ਚ। ਚਲੋ ਅਤੇ ਬਾਕੀ ਆਪਾਂ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਚੈਨਲ ਕਰ ਲਓ ਸਬਸਕ੍ਰਾਈਬ। ਬਾਪੂ ਜੀ ਹੋਣਾਂ ਦੇ ਜਜ਼ਬਾਤ ਜਿਹੜੇ ਆ ਉਹ ਬਾਹਰ ਆ ਜਾਂਦੇ ਆ। ਅਤੇ ਹਾਂ ਸਰ ਚੱਲ, ਉਹ ਖੁਸ਼ ਹੋਇਆ ਹਰਦਾ ਸੀ ਅੱਜ। ਚਲੋ ਮਿਲਦੇ ਹਾਂ ਜੀ ਨਵੇਂ ਵਲੋਗ ਦੇ ਨਾਲ। ਬਾਏ ਬਾਏ, ਗੁੱਡ ਨਾਈਟ।